ਗੁਰਦਾਸਪੁਰ ਦੇ ਵਿੱਚ ਬੁੱਧਵਾਰ ਸ਼ਾਮ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਨੌਜਵਾਨ ਦੀ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮੌਤ ਹੋ ਜਾਣ ਦੇ ਮਾਮਲੇ ਦੇ ਵਿੱਚ ਪਰਿਵਾਰ ਦੇ ਵੱਲੋਂ ਡਾਕਟਰ ਦੀ ਅਣਗਹਿਲੀ ਦਾ ਦੋਸ਼ ਲਗਾਉਂਦੇ ਹੋਏ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਤੇ ਪਰਿਵਾਰ ਦੇ ਹੱਕ ਦੇ ਵਿੱਚ ਸ਼ਹਿਰ ਦੇ ਲੋਕ ਅਤੇ ਸਮਾਜ ਸੇਵੀ ਵੀ ਆ ਗਏ ਹਨ ਤੇ ਬਬਰੀ ਬਾਈਪਾਸ ਤੇ 15-15 ਕਿਲੋਮੀਟਰ ਲੰਬੀਆਂ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ ਨੇ ਸੋ ਪਰਿਵਾਰ ਦੀ ਮੰਗ ਹੈ ਕਿ ਅਣਗਹਿਲੀ ਵਰਤਣ ਵਾਲੇ ਡਾਕਟਰ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਸੋ ਕਿਸਾਨ ਆਗੂ ਇੰਦਰਪਾਲ ਸਿੰਘ ਦੇ ਵੱਲੋਂ ਗੁਰਦਾਸਪੁਰ ਬੰਦ ਦੀ ਹਿਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਕਿਸਾਨ ਆਗੂ ਅਤੇ ਸਾਡਾ ਪੰਜਾਬ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਵਪਾਰਕ ਅਤੇ ਸਮਾਜਿਕ ਜਥੇਬੰਦੀਆਂ ਦੇ ਗੁਰਦਾਸਪੁਰ ਦੇ ਕੱਲ੍ਹ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਸੋ ਨੌਜਵਾਨ ਦੀ ਆਪਰੇਸ਼ਨ ਦੌਰਾਨ ਮੌਤ ਦਾ ਮਾਮਲਾ ਦੱਸ ਦਈਏ ਕਿ ਦੋ ਦਿਨ ਪਹਿਲਾਂ ਜਿਹੜਾ ਕਿ ਇੱਕ ਨੌਜਵਾਨ ਆਪਣੀ ਪੱਥਰੀ ਦਾ ਆਪਰੇਸ਼ਨ ਕਰਵਾਉਣ ਦੇ ਲਈ ਹਸਪਤਾਲ ਗਿਆ ਸੀ ਨਿੱਜੀ ਹਸਪਤਾਲ ਜਿੱਥੇ ਕਿ ਉਸਨੂੰ ਵੈਂਟੀਲੇਟਰ ਤੇ ਰੱਖ ਦਿੱਤਾ ਸੀ ਹਾਲਾਂਕਿ ਪਰਿਵਾਰ ਦੇ ਵੱਲੋਂ ਮੌਤ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਪਰਿਵਾਰ ਦੇ ਵੱਲੋਂ ਲਗਾਤਾਰ ਜਿਹੜਾ ਕਿ ਹੰਗਾਮਾ ਵੀ ਕੀਤਾ ਜਾ ਰਿਹਾ ਸੀ ਸੋ ਉਸ ਨੌਜਵਾਨ ਦੀ ਮੌਤ ਹੋ ਗਈ ਹੈ ਸੋ ਪਰਿਵਾਰ ਨੇ ਡਾਕਟਰ ਤੇ ਅਣਗਹਿਲੀ ਤੇ ਦੋਸ਼ ਲਗਾਏ ਨੇ ਸੋ ਕਿਸਾਨ ਆਗੂ ਨੇ ਹੁਣ ਹਿਮਾਇਤ ਕਰਨ ਦਾ ਐਲਾਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰਦਾਸਪੁਰ ਦੇ ਵਿੱਚ ਘਟਨਾ ਵਾਪਰੀ ਆ ਕਿ ਹੋਸਪਿਟਲ ਮੈਡੀਸਿਟੀ ਦੇ ਵਿੱਚ ਇੱਕ ਜੋ ਹੈ ਇਲਾਜ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਈ ਆ ਇਹ ਜਿਹੜੀ ਘਟਨਾ ਬਹੁਤ ਹੀ ਜ਼ਿਆਦਾ ਨਿੰਦਣਯੋਗ ਆ ਕਿ ਡਾਕਟਰਾਂ ਦੀ ਅਣਗਹਿਲੀ ਕਰਕੇ ਸਾਡੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਅਸੀਂ ਸਭ ਤੋਂ ਪਹਿਲਾਂ ਤੇ ਇਸ ਘਟਨਾ ਦਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ ਔਰ ਜੋ ਗੁਰਦਾਸਪੁਰ ਸ਼ਹਿਰ ਦੇ ਵਿੱਚ ਸਾਰੇ ਹੀ ਸ਼ਹਿਰ ਨੇ ਇਕੱਠਿਆਂ ਹੋ ਕੇ ਜਿਹੜੀ ਕੱਲ ਰੋਸ ਪ੍ਰਦਰਸ਼ਨ ਦੀ ਕੌਲ ਦਿੱਤੀ ਆ ਸ਼ਹਿਰ ਨੂੰ ਬੰਦ ਕਰਨ ਦੀ ਉਹਦਾ ਵੀ ਅਸੀਂ ਪੂਰਨ ਤੌਰ ਤੇ ਸਮਰਥਨ ਕਰਦੇ ਹਾਂ ਔਰ ਨਾਲ ਦੀ ਨਾਲ ਹੀ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਵੀ ਦਿੰਦੇ ਹਾਂ ਵੀ ਇਹਦੇ ਵਿੱਚ ਜੋ ਬਣਦਾ ਜਿਹੜਾ ਪਰਚਾ ਆ ਉਹ ਸਿੱਧਾ ਹੋਸਪਿਟਲ ਦੀ ਮੈਨੇਜਮੈਂਟ ਦੇ ਉੱਪਰ ਉਹਨਾਂ ਸੰਬੰਧਿਤ ਡਾਕਟਰਾਂ ਦੇ ਉੱਪਰ ਬਾਈ ਨੇਮ ਪਰਚਾ ਹੋਣਾ ਚਾਹੀਦਾ ਆ ਨਹੀਂ ਤੇ ਇਹ ਜਿਹੜਾ ਸੰਘਰਸ਼ ਸ਼ਹਿਰ ਦੇ ਵਾਸੀ ਕਰ ਰਹੇ ਨੇ ਅਸੀਂ ਪੂਰਨ ਤੌਰ ਤੇ ਉਹਦੇ ਨਾਲ ਆ ਸਾਡੀ ਯੂਨੀਅਨ ਸਾਡੇ ਜਿੰਨੇ ਵੀ ਸ਼ਹਿਰ ਦੇ ਪਿੰਡਾਂ ਦੇ ਵਾਸੀ ਨੇ ਇਸ ਦਾ ਸਮਰਥਨ ਕਰਦੇ ਹਾਂ ਔਰ ਜੇਕਰ ਪ੍ਰਸ਼ਾਸਨ ਨੇ ਇਹਦੇ ਵਿੱਚ ਕੋਈ ਢਿੱਲ ਮੱਠ ਵੀ ਕੀਤੀ ਤੇ ਉਹਦਾ ਜਿਹੜਾ ਤਿੱਖਾ ਜਿਹੜਾ ਸੰਘਰਸ਼ ਆ ਪ੍ਰਸ਼ਾਸਨ ਨੂੰ ਝੇਲਣਾ ਪੈ ਸਕਦਾ ਸੋ ਪਿਛਲੇ ਕੁਝ ਦਿਨ ਵੀ ਬੀਤੇ ਕੁਝ ਦਿਨ ਪਹਿਲਾਂ ਵੀ ਇੱਕ ਨਿੱਜੀ ਹੋਸਪਿਟਲ ਦੇ ਵਿੱਚ ਪੰਡੋਰੀ ਰੋਡ ਦੇ ਉੱਪਰ ਵੀ ਇੱਕ ਮਹਿਲਾ ਦੇ ਨਾਲ ਇਸ ਤਰ੍ਹਾਂ ਦੀ ਅਣਗਹਿਲੀ ਕੀਤੀ ਗਈ ਸੀ ਉੱਥੇ ਵੀ ਫਿਰ ਜਿਹੜਾ ਪਰਿਵਾਰ ਦੇ ਨਾਲ ਤੇ ਡਾਕਟਰਾਂ ਦੇ ਵਿੱਚ ਸਹਿਮਤੀ ਬਣੀ ਸੀ ਤੇ ਸਾਰਾ ਹੀ ਜਿਹੜਾ ਖਮਿਆਜ਼ਾ ਆ ਜਿਹੜਾ ਇਲਾਜ ਆ ਉਹ ਇੱਕ ਨਿੱਜੀ ਹੋਸਪਿਟਲ ਨੇ ਡਾਕਟਰਾਂ ਨੇ ਭਰਨ ਦੀ ਜ਼ਿੰਮੇਵਾਰੀ ਚੁੱਕੀ ਸੀ ਪਰ ਪਤਾ ਨਹੀਂ ਵਾਰ ਵਾਰ ਕਿਉਂ ਇਸ ਤਰ੍ਹਾਂ ਦੇ ਜਿਹੜੀਆਂ ਘਟਨਾਵਾਂ ਨੇ ਉਹ ਗੁਰਦਾਸਪੁਰ ਦੇ ਵਿੱਚ ਹੋਸਪਿਟਲਾਂ 'ਚ ਵੱਡੀ ਗਿਣਤੀ ਵਿੱਚ ਵਾਪਰ ਰਹੀਆਂ ਨੇ ਜਿੱਥੇ ਕਿਤੇ ਲੋਕਾਂ ਨੂੰ ਇਹ ਉਮੀਦ ਹੁੰਦੀ ਆ ਵੀ ਡਾਕਟਰ ਸਾਡੇ ਫਰਿਸ਼ਤੇ ਨੇ ਵੀ ਇਹ ਸਾਡਾ ਸਹੀ ਤਰੀਕੇ ਨਾਲ ਇਲਾਜ ਕਰਨਗੇ ਪਰ ਅੱਜ ਇਹ ਮੈਂ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਕਰਾਂਗਾ ਵੀ ਇਹ ਇੱਕ ਸਿੱਧੇ ਤੌਰ 'ਤੇ ਬਿਜ਼ਨਸ ਬਣ ਚੁੱਕਿਆ ਲੋਕਾਂ ਨੂੰ ਡਰਾਇਆ ਜਾਂਦਾ ਆ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕੀਤਾ ਜਾਂਦਾ ਅਤੇ ਇੱਕ ਜਿਹੜਾ ਇਲਾਜ ਆ ਉਹਨੂੰ ਬਿਜ਼ਨਸ ਦੇ ਤੌਰ 'ਤੇ ਵਿੱਚ ਲਿਆ ਕੇ ਉਹਦੇ ਤੋਂ ਵੱਡੇ ਮੁਨਾਫੇ ਕੱਢੇ ਜਾ ਰਹੇ ਨੇ ਮੈਂ ਤੇ ਅਪੀਲ ਕਰਾਂਗਾ ਵੀ ਕੁਝ ਨਾ ਕੁਝ ਇਨਸਾਨੀਅਤ ਨੂੰ ਕਾਇਮ ਰੱਖੋ ਕੁਝ ਨਾ ਕੁਝ ਆਪਣੇ ਅੰਦਰ ਦਾ ਜਿਹੜੀ ਜ਼ਮੀਰ ਆ ਉਸ ਨੂੰ ਵੀ ਜਗਾਓ ਇਸ ਲੋਕਾਂ ਦੀ ਲੁੱਟ ਨੂੰ ਜਿਹੜਾ ਆ ਬੰਦ ਕਰੋ ਤੇ ਮੈਂ ਪ੍ਰਸ਼ਾਸਨ ਨੂੰ ਵੀ ਆਖਿਰ 'ਚ ਬੇਨਤੀ ਕਰਦਾ
ਵੀ ਅਸੀਂ ਇਸ ਬੰਦ ਦੀ ਕਾਲ ਦਾ ਪੂਰਨ ਤੌਰ ਤੇ ਸਮਰਥਨ ਕਰਦੇ ਹਾਂ, ਅਸੀਂ ਪਰਿਵਾਰ ਦੇ ਨਾਲ ਆ। ਜਲਦ ਤੋਂ ਜਲਦ ਜਿਹੜਾ ਆ ਉਹ ਪਰਚਾ ਦਰਜ ਕੀਤਾ ਜਾਵੇ। ਮੈਂ ਖੁਦ ਪਿਛਲੇ ਲਗਭਗ 4 ਦਿਨਾਂ ਤੋਂ ਔਰ ਅਗਲੇ ਇੱਕ ਹਫ਼ਤਾ ਪੂਰਾ ਗੁਰਦਾਸਪੁਰ ਸ਼ਹਿਰ ਤੋਂ ਬਾਹਰ ਆ, ਜਿਸ ਕਰਕੇ ਮੈਂ ਆਪ ਸਰੀਰਕ ਤੌਰ ਤੇ ਸ਼ਾਮਿਲ ਨਹੀਂ ਹੋ ਸਕਦਾ, ਪਰ ਸਾਡੇ ਜਿੰਨੇ ਵੀ ਮੈਂਬਰ ਨੇ ਉਹ ਪੂਰੇ ਇਸ ਜੋ ਵੀ ਪ੍ਰੋਟੈਸਟ ਜੋ ਵੀ ਸਾਂਝੇ ਤੌਰ ਤੇ ਜੋ ਵੀ ਸੰਘਰਸ਼ ਰੱਖਿਆ ਜਾਵੇਗਾ ਉਸ ਦੇ ਵਿੱਚ ਅਸੀਂ ਪੂਰਾ